ਅਸੀਂ ਪੰਜਾਬ ਦੇ ਅਲੱਗ ਅਲੱਗ ਕੋਨੇ ਤੋਂ ਆਏ ਹਾਂ ਪੰਜਾਬ ਅਗੇਂਸਟ ਕਰਪਸ਼ਨ ਅਤੇ ਪੇਰੈਂਟਸ ਯੂਨਿਟੀ ਫਾਰ ਜਸਟਿਸ। ਇਹ ਕਰੋਨਾ ਕਾਲ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਜਿਹੜੇ ਸਕੂਲਾਂ ਕਾਲਜਾਂ ਨੂੰ ਅਸੀਂ ਮੰਦਿਰ ਮੰਨਦੇ ਸੀ ਕੋਈ ਘਟੀਆ ਵਪਾਰੀ ਨਿਕਲੇ। ਜਦੋਂ ਮਾਪਿਆਂ ਦੇ ਬੇਰੁਜ਼ਗਾਰ ਹੋ ਗਏ ਕਰੋਨਾ ਕਾਲ ਦੁਕਾਨਾਂ ਨਹੀਂ ਖੁੱਲੀਆਂ ਸੀ ਤਾਂ 20 ਲੱਖ ਮਾਪਿਆਂ ਦਾ ਪੂਰਾ ਖੂਨ ਨਿਚੋੜਿਆ ਗਿਆ। ਅਸੀਂ ਹੁਣ ਇਹਨੂੰ ਦੁਕਾਨਾਂ ਕਹਿਣ ਲੱਗ ਪਏ। ਬੰਦ ਪਏ ਸਕੂਲਾਂ ਦੀਆਂ ਪੂਰੀਆਂ ਫੀਸਾਂ, ਬੱਸਾਂ ਚੱਲੀਆਂ ਨਹੀਂ, ਕੰਪਿਊਟਰ ਚੱਲੇ ਨਹੀਂ, ਗਰਾਊਂਡਾਂ 'ਚ ਖੇਡੇ ਨਹੀਂ, ਬਿਲਡਿੰਗ ਅਸੀਂ ਯੂਜ ਨਹੀਂ ਕੀਤੀ, ਬਿਜਲੀ ਅਸੀਂ ਵਰਤੀ ਨਹੀਂ, ਕਹਿੰਦੇ ਸਾਰੀਆਂ ਫੀਸਾਂ ਦਿਓ। ਅਤੇ ਜਦੋਂ ਪੰਜਾਬ ਸਰਕਾਰ ਨੇ ਸਾਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਮਾਪਿਆਂ ਨੂੰ ਕੋਰਟ ਕਚਹਿਰੀ ਲੈ ਕੇ ਜਿੱਤ ਲੈ ਗਏ, ਸਾਡੇ ਕੋਲ ਫੀਸਾਂ ਦੇਣ ਨੂੰ ਪੈਸੇ ਨਹੀਂ ਸੀ। ਅਸੀਂ ਤੁਹਾਡੇ ਕੋਲ ਮੰਗ ਕਰਦੇ ਹਾਂ ਕਿ ਜਿਹੜੇ ਕਰੋਨਾ ਕਾਲ 'ਚ ਇਸ ਸੈਸ਼ਨ ਦੇ ਵਿੱਚ ਜਿਹੜੇ ਸਕੂਲ ਬੰਦ ਰਹੇ ਹੈ ਉਹ ਸਾਨੂੰ ਫੀਸਾਂ ਛੋਟ ਦਿੱਤੀ ਜਾਵੇ, ਸਲਾਨਾ ਚਾਰਜਿਸ, ਕਿਉਂਕਿ ਇਹਨੇ ਹਮੇਸ਼ਾ ਕਮਾਈ ਕੀਤੀ ਹੈ। ਜਦੋਂ ਸਕੂਲ ਨੂੰ ਐਫੀਡੇਸ਼ਨ ਮਿਲਦੀ ਹੈ ਕਿਸੇ ਬੋਰਡ ਨਾਲ ਤਾਂ ਇਹ ਸਮਾਜ ਸੇਵੀ ਸੰਸਥਾ ਦੇ ਤੌਰ 'ਤੇ ਰਜਿਸਟਰਡ ਹੁੰਦੇ ਆ, ਪ੍ਰੋਫਿਟ ਕਮਾਉਣ ਵਾਸਤੇ ਨਹੀਂ। ਸਾਡੇ ਅੱਜ ਹੱਥ ਦੇ ਵਿੱਚ ਹੈਗਾ 1-1 ਸਕੂਲ ਦੀ 7.5-7 ਕਰੋੜ ਰੁਪਏ ਦਾ ਨੈੱਟ ਪ੍ਰੋਫਿਟ ਹੈ ਸਾਰੇ ਖਰਚੇ ਕੱਟਣ ਤੋਂ ਬਾਅਦ। ਪਰ ਇਹ ਪੰਜਾਬ ਸਰਕਾਰ ਕੋਲ ਜਦੋਂ ਆ ਜਾਂਦੇ ਆ ਤਾਂ ਉਹ ਰਾਹਤ ਮੰਗਦੇ ਕਿ ਸਾਨੂੰ ਕੋਈ ਨਾ ਕੋਈ ਰਾਹਤ ਦਿਓ। ਇਹ ਜਿਹੜੇ ਵੱਡੇ ਸਕੂਲ ਹੈ ਪੰਜਾਬ ਦੇ ਇਹਨਾਂ ਕੋਈ ਵੀ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ। ਜੇ ਸਾਡੇ ਕਰੋਨਾ ਆ ਗਏ ਸੀ ਫੀਸਾਂ ਤਾਂ ਵੀ ਪੂਰੀਆਂ ਮੰਗਦੇ ਹਾਂ। ਅਸੀਂ ਬੇਨਤੀ ਇਹ ਕਰਦੇ ਹਾਂ, ਅਸੀਂ ਸਾਡੇ ਮਾਪਿਆਂ ਦੀ ਜੋਬ ਜਿਹੜੀ ਚਲੇ ਗਈ ਆ, ਰੇਹੜੀਆਂ ਬੰਦ ਰਹੀਆਂ, ਦੁਕਾਨਾਂ ਬੰਦ ਰਹੀਆਂ, ਕੁਛ ਮਹੀਨੇ ਦੀ ਸਾਨੂੰ ਫੀਸਾਂ 'ਚ ਰਾਹਤ ਦਿੱਤੀ ਜਾਵੇ ਅਤੇ ਜਿਹੜੇ ਡੀ ਓ ਹੈ ਐਟਲੀਸਟ ਜਦੋਂ ਤੱਕ ਜੀ ਔਰ ਸਾਡੇ ਬੱਚਿਆਂ ਨੂੰ ਸਕੂਲਾਂ 'ਚੋਂ ਬਾਹਰ ਕੱਢਿਆ ਜਾ ਰਿਹਾ, ਕਲਾਸਾਂ 'ਚੋਂ ਬੰਦ ਕੀਤਾ ਜਾ ਰਿਹਾ। ਸਾਡੇ ਕੋਲ ਪੇਰੈਂਟਸ ਇੱਥੇ ਖੜੇ ਜਿਹਦੇ ਬੱਚਿਆਂ ਨੂੰ ਸਾਲ ਸਾਲ ਹੋ ਗਏ ਕਲਾਸਾਂ ਤੋਂ ਬਾਹਰ ਕੱਢਿਆ ਗਿਆ ਅਤੇ ਡੀ ਓ ਕਦੇ ਵੀ ਸਾਡੇ ਮਾਪੇ ਦੀ ਗੱਲ ਨਹੀਂ ਸੁਣਦੇ ਅਤੇ ਡੀ ਓ ਨੂੰ ਪਾਬੰਦ ਕੀਤਾ ਜਾਵੇ, ਸਕੂਲਾਂ ਦੀ 2-3 ਦੀ ਐਫੀਲੇਸ਼ਨ ਕੈਂਸਲ ਕੀਤੀ ਜਾਵੇ। ਅਸੀਂ ਪਿਛਲੇ ਸਾਲ 'ਚ 1 ਵੱਡੇ ਸਕੂਲ ਦੀ ਐਫੀਲੇਸ਼ਨ ਕੈਂਸਲ ਕਰਾਈ ਪਰ ਮਿਲ ਮਿਲਾ ਕੇ ਉਹ ਬਹਾਲ ਕਰ ਦਿੱਤੀ ਗਈ ਪੰਜਾਬ ਸਰਕਾਰ ਵੱਲੋਂ। ਜੇ 1 ਦੇ ਸਕੂਲ ਦੀ ਐਫੀਲੇਸ਼ਨ ਕੈਂਸਲ ਕਰ ਦਿਓ, 1 ਦੇ ਡੀ ਓ 'ਤੇ ਐਕਸ਼ਨ ਲੈ ਲਓ ਤਾਂ 20 ਲੱਖ ਮਾਪਿਆਂ ਨੂੰ ਰਾਹਤ ਮਿਲ ਸਕਦੀ ਹੈ। ਅਸੀਂ ਤੁਹਾਡੇ ਕੋਲ ਬੇਨਤੀ ਕਰਦੇ ਕਿ ਸਾਨੂੰ ਮਾਪਿਆਂ ਨੂੰ ਕੋਈ ਰਾਹਤ ਦਿਓ। ਗੱਲ ਤਾਂ ਤੁਹਾਡੀ ਵੈਸੇ ਦੇਖੋ ਗੱਲ ਤਾਂ ਜਾਇਜ਼ ਹੈਗੀ ਆ, ਕਿਉਂਕਿ ਪਿਛਲਾ ਸਮਾਂ ਜਿਹੜਾ ਉਹ ਬੜਾ ਮਾੜਾ ਸਮਾਂ ਸੀਗਾ। ਸੋ ਮੈਨੂੰ ਲੱਗਦਾ ਇਹ ਮੰਤਰੀ ਸਾਹਿਬ ਇਹ ਅਲੱਗ ਅਲੱਗ ਤਰ੍ਹਾਂ ਦੇ ਹਰਾਸਮੈਂਟ ਜਿੱਦਾਂ ਕਿ ਬੱਚੇ ਜਿਹੜੇ ਨਹੀਂ ਪੇ ਕਰ ਪਾ ਰਹੇ ਟਾਈਮਲੀ, ਉਹਨਾਂ ਦਾ ਬੱਚਿਆਂ ਦੇ ਗਰੁੱਪ 'ਚ ਨਾਮ ਪਾ ਦੇਣਾ, ਤਾਂ ਜਿਹੜਾ ਮੈਂਟਲ ਟਰੋਮਾ ਉਹ ਫੇਸ ਕਰਦੇ ਨੇ ਬੱਚੇ। ਕੁਝ ਬੱਚਿਆਂ ਨੇ ਸੁਸਾਈਡ ਵੀ ਕੀਤੀ ਹੈ ਜੀ ਪੰਜਾਬ 'ਚ, ਜਿਹੜੇ ਇੰਨਾ ਤੰਗ ਕੀਤਾ ਜਾ ਰਿਹਾ। ਕੁਝ ਬੱਚਿਆਂ ਨੇ ਸੁਸਾਈਡ ਕੀਤੀ ਹੈ, ਕੁਝ ਮਾਪਿਆਂ ਨੇ ਸੁਸਾਈਡ ਕੀਤੀ ਹੈ। ਅਜੋਏ ਬੇਸਿਕਲੀ ਮੇਰੇ ਕੋਲ ਇਹ ਕੁਝ ਪੇਰੈਂਟਸ ਆਏ ਹੈਗੇ ਆ ਜਿਹੜੇ ਆਪਣੇ ਖਾਸ ਕਰਕੇ ਜਿੱਦਾਂ ਪ੍ਰਾਈਵੇਟ ਸਕੂਲ ਆ, ਇਹਨਾਂ ਦੇ ਦੋ ਇਸ਼ੂ ਆ। ਇੱਕ ਤਾਂ ਇਹ ਹੈ ਕਿ ਇੱਕ ਇਹ ਜਿਹੜੀਆਂ ਜਿੰਨਾ ਸਮਾਂ ਸਕੂਲ ਨਹੀਂ ਲੱਗਾ ਉਹਨਾਂ ਬੇਸਿਕਲੀ ਫੀਸਾਂ ਦੇ ਵਿੱਚ ਰਾਹਤ ਚਾਹੁੰਦੇ ਆ, ਐਂਡ ਔਰ ਦੂਸਰੀ ਗੱਲ ਇਹ ਗਿਆ ਕਿ ਇਹ ਜਿਹੜੇ ਬੱਚੇ ਫੀਸਾਂ ਨਹੀਂ ਦੇ ਪਾ ਰਹੇ, ਇਹ ਜਿਹੜੇ ਇਹਨਾਂ ਦੇ ਸਕੂਲਾਂ ਦੇ ਬੱਚਿਆਂ ਦੇ ਗਰੁੱਪ ਬਣੇ ਆ ਯਾਰ, ਆਈ ਡੋਂਟ ਵਾਂਟ ਕਿ ਕਿਸੇ ਵੀ ਬੱਚੇ ਨੂੰ ਕਿਸੇ ਵੀ ਤਰ੍ਹਾਂ ਹਰਾਸ ਕੀਤਾ ਜਾਵੇ। ਦੇਖੋ ਪੇਰੈਂਟਸ ਨੂੰ ਭਾਵੇਂ ਗੱਲ ਕਰ ਲੈਣ, ਪਰ ਜਿਹੜੇ ਇਹਨਾਂ ਦੇ ਬੱਚਿਆਂ ਦੇ ਗਰੁੱਪ ਬਣੇ ਆ ਉਹਦੇ ਵਿੱਚ ਕਿਸੇ ਬੱਚੇ ਨੂੰ ਜਦੋਂ ਤੁਸੀਂ ਫੀਸ ਲਈ ਪਾਉਂਦੇ ਆ ਵੀ ਇਹਦੀ ਫੀਸ ਨਹੀਂ ਦਿੱਤੀ ਗਈ, ਸੋ ਦੈਟ ਇਜ਼ ਵੈਰੀ ਬੈਡ ਯਾਰ। ਇਹ ਕੋਈ ਗੱਲ ਥੋੜ੍ਹੀ ਆ, ਮੈਂ ਨਹੀਂ ਚਾਹੁੰਦਾ ਕਿ ਕੋਈ ਬੱਚਾ ਇਸ ਤਰ੍ਹਾਂ ਟ੍ਰੀਟ ਕੀਤਾ ਜਾਵੇ। ਹਾਂ, ਪੇਰੈਂਟਸ ਨਾਲ ਗੱਲ ਕਰ ਲਓ, ਅਸੀਂ ਉਹਦੇ ਵਿੱਚ ਕੁਛ ਕਰ ਲਈਏ, ਔਰ ਇਹਦੇ ਵਿੱਚ ਅਜੋਏ ਜਸਟ ਇਹਨੂੰ ਆਪਾਂ ਚੈੱਕ ਕਰਕੇ ਕਿ ਆਪਾਂ ਇਹਨਾਂ ਨੂੰ ਕਿੰਨਾ ਚਿਰ, ਕਿਉਂਕਿ ਜਿਹੜੇ 3-4 ਮਹੀਨੇ ਸਕੂਲ ਨਹੀਂ ਲੱਗੇ ਉਹਦੇ ਵਿੱਚ ਕੁਛ ਤਾਂ ਰਾਹਤ ਦਵਾਈਏ ਨਾ ਵੀ, ਤਾਂ ਕਿ ਇਹ ਜਿਹੜੇ, ਕਿਉਂਕਿ ਹੋਇਆ ਤਾਂ ਸਾਰਿਆਂ ਲਈ ਟਫ ਟਾਈਮ ਸੀਗਾ, ਪਰ ਆਪਾਂ ਵੀ ਤਾਂ ਕੁਛ ਇਹਨਾਂ 'ਤੇ, ਔਰ ਜਿਹੜੇ ਵੀ ਸਕੂਲ ਇੱਦਾਂ ਦੀ ਐਕਟ ਕਰਦੇ ਆ ਜਿਹੜੇ ਖਾਸ ਕਰਕੇ ਤੁਸੀਂ ਇਹ ਚੈੱਕ ਕਰਵਾਓ, ਡੀ ਓਜ਼ ਨੂੰ ਸਖ਼ਤ ਹਦਾਇਤਾਂ ਵੀ ਦਿਓ ਵੀ ਜੇ ਕਿਸੇ ਗਰੁੱਪ ਦੇ ਵਿੱਚ ਬੱਚੇ ਦੇ ਉਹ ਪਾਇਆ ਵੀ ਹਾਂ ਵੀ ਇਹਦੀ ਫੀਸ ਨਹੀਂ ਹੈ ਅਤੇ ਉਸ ਸਕੂਲ 'ਤੇ ਸਖ਼ਤ ਤੋਂ ਸਖ਼ਤ ਆਪਾਂ ਐਕਸ਼ਨ ਲੈਣਾ ਹੈਗਾ। ਇਹ ਨਹੀਂ ਹੈ ਕਿ ਇਹ ਕੋਈ ਮੰਨ ਲਓ ਯਾਰ ਬੱਚਾ ਤਾਂ ਬੱਚਾ ਹੈ ਨਾ, ਉਹਦੇ ਪੇਰੈਂਟਸ ਦੀ ਕੋਈ ਪ੍ਰੋਬਲਮ ਆ ਗਈ, ਹਾਰਡਸ਼ਿਪ ਆ ਗਈ। ਹਾਂ, ਮੇਰੇ ਕਹਿਣ ਦਾ ਮਤਲਬ ਕਈ ਇਹ ਮੈਨੂੰ ਇਹਨਾਂ ਨੇ ਦੱਸਿਆ ਵੀ ਹਾਂ ਵੀ ਇਹ ਗਰੁੱਪ ਦੇ ਵਿੱਚ ਪਾ ਦਿੰਦੇ ਆ, ਔਰ ਉਹਦੇ ਨਾਲ ਦੇਖੋ ਬੱਚਾ ਕਿੰਨਾ ਅੰਬੈਰਸ ਫੀਲ ਕਰਦਾ ਹੋਊਗਾ।
ਮਤਲਬ ਬੱਚੇ ਨੂੰ ਨਹੀਂ ਪਤਾ ਹੈਗਾ, ਬੱਚਾ ਤੇ ਸਲੇਟ ਆ ਯਾਰ, ਉਹਦਾ ਪੇਰੈਂਟਸ ਦੀ ਪ੍ਰੋਬਲਮ ਆ, ਠੀਕ ਹੈ ਨਾ। ਅੱਛਾ ਉਹ ਆਪਾਂ ਸੋਲਵ ਕਰ ਕੱਢ ਵੀ ਰਹੇ ਬੱਚਿਆਂ ਨੂੰ, ਨਹੀਂ ਬੱਚਿਆਂ ਨੂੰ ਕੋਈ ਬੱਚੇ ਨੂੰ ਕੱਢਣਾ, ਮਤਲਬ ਸਾਰੇ ਸਕੂਲਾਂ ਨੂੰ ਭਾਵੇਂ ਆਪਾਂ ਲੈਟਰ ਕੱਢ ਦਿਓ ਵੀ ਇਸ ਤਰ੍ਹਾਂ ਦਾ ਜੇ ਕੋਈ ਕੇਸ ਆਉਂਦਾ, ਨੰਬਰ 1 ਕਿਸੇ ਗਰੁੱਪ 'ਚ ਨਹੀਂ ਪਾਇਆ ਜਾਊਗਾ, ਨੰਬਰ 2 ਕਿਸੇ ਬੱਚੇ ਨੂੰ ਸਕੂਲ 'ਚੋਂ ਡਰੋਪ ਨਹੀਂ ਕੀਤਾ ਜਾਊਗਾ। ਉਹਨਾਂ ਦੇ ਪੇਰੈਂਟਸ ਨਾਲ ਗੱਲ ਕਰੋ, ਸਾਨੂੰ ਅਪਰੋਚ ਕਰੋ, ਆਪਾਂ ਇਹਨੂੰ ਕੁਛ ਨਾ ਕੁਛ ਉਹਦੇ ਵਿੱਚ ਜਿਹੜੀ ਰਾਹਤ ਦੇਈਏ ਵੀ ਤਾਂ ਕਿ ਜਿਹੜਾ ਇਹ ਸਮਾਂ ਹੈਗਾ, ਸਮਾਂ ਤਾਂ ਸਾਰਿਆਂ ਦਾ ਲੰਘ ਜਾਣਾ, ਬਟ ਐਟ ਦਾ ਸੇਮ ਟਾਈਮ ਉਹ ਬੱਚਾ ਜੇ ਕਿਤੇ ਉਸ ਟਰਾਮੇ 'ਚ ਆ ਗਿਆ, ਕਿਤੇ ਸਾਲ ਉਹਦਾ ਮਰ ਗਿਆ, ਤਾਂ ਉਹ ਨੁਕਸਾਨ ਹੋਊਗਾ ਬਹੁਤ। ਹਾਂ, ਇਹ 2-3 ਚੀਜ਼ਾਂ ਜਿਹੜੀਆਂ ਆਪਾਂ ਨੂੰ ਕਰਨ ਦੀ ਜ਼ਰੂਰਤ ਹੈਗੀ, ਐਂਡ ਵੀ ਮਸਟ ਐਕਟ ਔਨ ਦਿਸ। ਔਰ ਡੀਓਜ਼ ਨੂੰ ਕਹੋ ਵੀ ਜੇ ਇੱਦਾਂ ਦਾ ਕੋਈ ਸਕੂਲ ਹੈਗਾ, ਸਕੂਲ ਚੈੱਕ ਕਰਨ, ਜੇ ਕਿਸੇ ਜੇ ਕੋਈ ਵੀ ਪੇਰੈਂਟ ਉਹਨਾਂ ਕੋਲ ਜਾਂਦਾ, ਉਹਨਾਂ ਦੀ ਗੱਲ ਸੁਣ, ਜੇ ਕਿਤੇ ਗਰੁੱਪ 'ਚ ਪਾਇਆ ਹੈਗਾ ਉਹਨਾਂ ਨੂੰ ਇਮੀਡੀਏਟਲੀ ਨੋਟਿਸ ਦਿਓ। ਹਾਂ ਠੀਕ ਹੈ, ਮੈਂ ਮੰਡੀ ਗੋਬਿੰਦਗੜ੍ਹ ਤੋਂ ਆਈ, ਰਾਜੀਵ ਸਿੰਘ ਜੀ, ਓਮ ਪ੍ਰਕਾਸ਼ ਬਾਂਸਲ ਮੋਟਰ ਸਕੂਲ, ਇਹਦੀ ਵੀ ਲੜਾਈ ਲੜ ਰਿਹਾ ਜੀ, ਬੱਚੇ ਵੀ ਉੱਥੇ ਪੜ੍ਹਦੇ ਸੀ। ਮੇਰੇ ਉੱਪਰ 3 ਵਜੇ ਅਟੈਕ ਸ਼ੂਟ ਹੋ ਚੁੱਕੇ ਜੀ, ਉਹ ਸਕੂਲ ਵਾਲਿਆਂ ਜੀ ਮੇਰੇ 'ਤੇ 7/7/2019 ਨੂੰ ਜੀ ਪਾਰਕ ਬਾਗ ਦੇ ਵਿੱਚ ਮੇਰੇ ਤਲਵਾਰਾਂ ਨਾਲ ਹਮਲਾ ਹੋਇਆ ਮੇਰੇ ਦੀ 35 ਟਾਂਕੇ ਲੱਗੇ, ਅਤੇ 14/2/2021 ਨੂੰ ਮੇਰੀ ਕਾਰ ਨੂੰ ਅੱਗ ਲਗਾਈ ਜੀ, ਘਰ ਦੇ ਬਾਹਰ ਖੜੀ ਜੀ ਪੈਟਰੋਲ ਪਾ ਕੇ ਜੀ, 29/6/2021 ਨੂੰ ਸਰ, 29/6/2021 ਨੂੰ ਮੇਰੇ 'ਤੇ ਗੁੰਡਿਆਂ ਨੇ ਭੇਜ ਕੇ ਸਪਾਰੀ ਦੇ ਕੇ 40 ਟੰਕੀ ਇੱਥੇ ਲੱਗੇ ਜੀ, ਇੱਥੇ ਪਲੇਟ ਪਈ ਹੈ ਜੀ, ਆਹ ਮੇਰੇ ਆਹ ਜੀ, ਕੋਈ ਸੁਣਵਾਈ ਨਹੀਂ ਕਰ ਰਹੀ ਪੁਲਿਸ ਜੀ, ਪੁਲਿਸ ਨੇ ਸਾਥ ਦੇ ਰਹੀ ਹੈਗੀ ਹੈ। ਇਹ ਟਰੱਸਟ ਜੋ ਹੈਗਾ ਇਹ ਜਾਲੀ ਟਰੱਸਟ ਬਣਾ ਰੱਖਿਆ ਜੀ, 60 ਕਰੋੜ ਰੁਪਏ ਦੀ ਇਹਨੇ ਠੱਗੀ ਮਾਰੀ ਹੋਈ, 60 ਕਰੋੜ ਰੁਪਏ ਦਾ ਸਕੂਲ ਦਾ, 7 ਕਰੋੜ ਅਤੇ 7 ਕਰੋੜ ਰੁਪਈਆ ਹਰ ਸਾਲ ਪ੍ਰੋਫਿਟ ਹੈ ਜੀ। ਓਮ ਪ੍ਰਕਾਸ਼ ਬਾਂਸਲ ਇਹ ਲੁੱਟਣ ਲੱਗੇ ਹੋਏ ਜੀ, ਇਹਨਾਂ ਦੀ NOC ਔਰ FLS ਨੇ ਕੈਂਸਲ ਹੋਈ ਸੀ ਪੰਜਾਬ ਦੇ ਸਭ ਤੋਂ ਪਹਿਲਾਂ ਜੀ, ਕਿਸੇ ਕਾਰਨ ਸਨੈਪ ਦਿਖਾਵਾਂ ਜੀ, ਤੁਸੀਂ ਸੋਚੋਗੇ ਬਚ ਕਿਵੇਂ, ਇੱਕ ਬੰਦੇ ਦੀ ਗੋਲੀ ਵੱਜੀ, ਇੱਕ ਬੰਦੇ ਗੋਲੀ ਵੱਜੀ ਜੀ, ਮੇਰੀ ਗੋਲੀ ਮਾਰੀ ਜੀ ਉਹਨਾਂ ਨੇ। SSP ਸਾਹਿਬ ਨੂੰ ਸੰਦੀਪ ਗੋਇਲ ਜੀ ਨੂੰ 6 ਵਾਰੀ ਮਿਲਣ ਗਏ ਜੀ, ਪਰਸਨ ਉਹਨਾਂ ਨੂੰ ਮੈਸੇਜ ਕੀਤਾ ਉਹ ਮਿਲਦੀ ਨਹੀਂ ਸੀਗੀ ਜੀ, ਪਬਲਿਕ ਪੋਲੀਟਿਕ ਬੰਦ ਹੈ ਜੀ। ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ, ਇਹਦੇ ਵਿੱਚ ਬੇਸਿਕਲੀ ਇਹਨਾਂ 'ਤੇ ਮਤਲਬ ਕਾਫੀ ਤਸ਼ੱਦਦ ਵੀ ਹੋਇਆ, ਔਰ ਇਹਨਾਂ ਦੇ ਸਕੂਲ ਦਾ ਬੇਸਿਕਲੀ ਲਾਇਸੈਂਸ ਵੀ ਕੈਂਸਲ ਹੋਇਆ। ਇਹਦੀ ਬੇਸਿਕਲੀ ਆਪਾਂ DO ਲੈਵਲ 'ਤੇ ਜਾਂ SSP ਲੈਵਲ 'ਤੇ ਆਪਣੇ ਵੱਲੋਂ ਇੱਕ ਇਨਕੁਆਇਰੀ ਵੀ ਕੀਤੀ ਕਿ ਆਪਾਂ ਬੇਸਿਕਲੀ ਦੇਖੋ ਇਹੋ ਜਿਹੇ ਬੰਦਿਆਂ ਨੂੰ ਜਾਂ ਇਹੋ ਜਿਹੇ ਸਕੂਲਾਂ ਨੂੰ ਦੇਖੋ ਜਿਹੜੇ ਤਾਂ ਇਹ ਇਸ ਐਕਚੁਲੀ ਤਾਂ ਸੀ ਇਹ ਚੈਰੀਟੇਬਲ ਟਰੱਸਟ ਦਾ ਕੰਮ ਕਰਦੇ ਵੀ ਤਾਂ ਕਿ ਚਲੋ ਆਪਣੇ ਜਿਹੜੀ ਐਜੂਕੇਸ਼ਨ, ਪਰ ਇਹ ਤਾਂ ਬਿਲਕੁਲ ਗੁੰਡਾਗਰਦੀ ਵਾਲਾ ਕੰਮ ਹੈ। ਮੈਂ ਤੁਹਾਨੂੰ ਮਾਰਕ ਕਰ ਦਿੰਦਾ, ਇਹਦੀ ਇੱਕ SSP ਨੂੰ ਵੀ ਲਿਖੋ, SSP ਕੋਲ ਵਿਦਨ 15 ਡੇਜ਼ ਰਿਪੋਰਟ ਆਓ ਜੀ, ਤਾਂ ਕਿ ਆਪਾਂ ਇਹਨਾਂ 'ਤੇ ਐਕਟ ਕਰੀਏ। ਇਹ ਕੀ ਗੱਲ ਹੋਈ, ਇਹ ਸਾਡੇ ਬੇਸਿਕਲੀ ਯਾਰ ਪੇਰੈਂਟਸ ਜੇ ਕਿਸੇ ਮੈਂ ਇਹਨਾਂ ਦੀ ਲੈ ਲਈ ਨਾ ਐਪਲੀਕੇਸ਼ਨ, ਆਈ ਵਿਲ ਸੈਂਡ ਇਟ, ਐਂਡ ਵੀ ਮਸਟ ਐਕਟ। ਯਾਰ ਇਹ ਕੋਈ ਗੱਲ ਥੋੜ੍ਹੀ ਹੈ ਕਿ ਆਪਾਂ ਜੇ ਐਜੂਕੇਸ਼ਨ ਦੀ ਗੱਲ ਕਰਨੀ ਆ ਤਾਂ ਫਿਰ ਇਹ ਤਾਂ ਗੁੰਡਾਗਰਦੀ ਵਾਲਾ ਕੰਮ ਹੋ ਗਿਆ। ਹਾਂ।
ਫਿਰ ਉਸ ਤੋਂ ਬਾਅਦ ਮੋਹਾਲੀ ਡੀਓ ਜਿਹੜਾ ਹੈ, ਠੀਕ ਹੈ, ਹੁਣ ਅਸੀਂ ਐਜ਼ ਅ ਪੇਰੈਂਟ ਉਹਨਾਂ ਕੋਲ ਜਾਂਦੇ ਹਾਂ ਕੋਈ ਵੀ ਸ਼ਿਕਾਇਤ ਲੈ ਕੇ, ਉੱਥੇ ਬੁਲਾ ਕੇ ਤੁਹਾਨੂੰ ਧਮਕਾਉਂਦੇ ਹਾਂ ਕਿ ਤੁਸੀਂ ਜਿਹੜਾ ਹੈ ਨਾ ਸ਼ਿਕਾਇਤ ਕਰੀਏ ਨਾ ਸਾਡੇ ਖਿਲਾਫ਼, ਦੇਖਿਓ ਹੁਣ ਤੁਹਾਡਾ ਕੀ ਹਾਲ ਹੋਣਾ ਹੈ। ਕੋਸ਼ਿਸ਼ ਕੀਤੀ ਬੱਚੇ ਨੇ ਉਹਨਾਂ ਦੀ ਜਿਹੜੀ ਸੱਟਾਂ ਸੁੱਟਾਂ ਲੱਗਦੀਆਂ ਨੇ ਉਹ 45-50% ਸਕੂਲ ਦੇ ਵਿੱਚ ਹੀ ਲੱਗਦੀਆਂ ਨੇ, ਕਿਉਂਕਿ ਉੱਥੇ ਟਾਈਮ ਸਪੈਂਡ ਕਰਦੇ ਨੇ ਜ਼ਿਆਦਾ ਜ਼ਿਆਦਾ ਉੱਥੇ ਖੇਡਦੇ ਨੇ ਸਾਰਾ ਕੁਛ ਦਿੰਦੇ, ਅਤੇ ਕਈ ਵਾਰ ਮਤਲਬ ਸਾਨੂੰ ਜਿਹੜੇ ਪ੍ਰਾਇਮਰੀ ਹੈਲਥ ਇਕਿਪਮੈਂਟਸ ਨੇ ਉਹ ਘੱਟੋ ਘੱਟ ਤੁਸੀਂ ਦੇਖ ਸਕੀਏ ਕਿ ਬੱਚੇ ਦੀ ਸਾਹ ਚੱਲ ਰਿਹਾ, ਉਹਨੂੰ ਆਕਸੀਜਨ ਸਿਲੰਡਰ ਚਾਹੀਦਾ, ਘੱਟੋ ਘੱਟ ਕਿਸ ਤਰ੍ਹਾਂ ਦੇ ਸਟ੍ਰੈਚਰ ਵਾਸਤੇ ਪਲੇਅਰ ਨੂੰ ਪਤਾ ਕਿ ਇੰਜਰੀ 'ਚ ਸਹੀ ਕੈਰੀ ਕਰਨਾ ਅਤੇ ਬੈਠ ਕੇ ਜਾਣਾ ਕਿੰਨਾ ਇੰਪੋਰਟੈਂਟ ਹੈ, ਅਤੇ ਉਸ ਤਰ੍ਹਾਂ ਦੇ ਸਰ ਬੇਸਿਕ ਫੈਸਿਲਿਟੀਆਂ ਅਸੀਂ ਰੱਖ ਰਹੇ ਹਾਂ ਮਤਲਬ, ਔਰ ਪੰਜਾਬ ਦੇ ਸਕੂਲਾਂ 'ਚ ਸਰ ਤੁਹਾਨੂੰ ਲੱਗਿਆ ਕਿ ਇਹ ਨਹੀਂ ਘੱਟਾ ਅਤੇ ਕੋਈ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਜਾਣ, ਉਹ ਘੱਟੋ ਘੱਟ ਜਿਹੜੇ ਬੇਸਿਕ ਇਕੁਪਮੈਂਟ ਆ ਜਿਹੜੇ ਬੜੇ ਲੋਅ ਕੋਸਟ ਨੇ ਉਹ ਹੋਣ ਤਾਂ ਜਿਹੜੀਆਂ ਮੇਜਰ ਇੰਜਰੀਜ਼ ਹੁੰਦੀਆਂ ਨੇ, ਜਿੱਦਾਂ ਕਿ ਬੱਚਿਆਂ ਨੂੰ ਖੇਡ 8-7 ਲੱਗ ਗਈ ਜਾਂ ਹੋਰ ਐਜੂਕੇਸ਼ਨਿਸਟ ਵੀ ਉਹਦੇ 'ਚ ਹੋਣਗੇ, ਉਹਦੇ 'ਚ ਪੇਰੈਂਟਸ ਵੀ ਹੋਣਗੇ, ਇਹ ਸਕੂਲਾਂ ਦੀਆਂ ਵੀ ਬਣਾ ਰਹੇ ਹਾਂ, ਕਾਲਜਿਸ ਦੀਆਂ ਵੀ ਬਣਾ ਰਹੇ ਹਾਂ, ਤਾਂ ਕਿ ਇਹ ਸਾਰਾ ਜਿਹੜਾ ਹੈਗਾ, ਕਿਉਂਕਿ ਅਲਟੀਮੇਟਲੀ ਕੀ ਹੁੰਦਾ ਇਹ ਕੀ ਕਰਦੇ ਆ, ਸਰਕਾਰ ਦੀ ਵੀ ਪ੍ਰੋਬਲਮ ਹੈਗੀ ਆ, ਸਰਕਾਰ ਸਰਕਾਰੀ ਕਮੇਟੀ ਬਣਾ ਕੇ ਬਹਿ ਜਾਂਦੀ ਆ, ਨਾ ਉਹਦਾ ਡੀਓ ਉੱਤੇ ਕੁਛ ਬੋਲਦੇ, ਐਕਚੁਅਲੀ ਅਸਲੀ ਗੱਲ ਹੈ ਕਿ ਕਮੇਟੀਆਂ ਤਾਂ ਇਹ ਹੋਣੀਆਂ ਚਾਹੀਦੀਆਂ ਸੀ ਕਿ ਪਬਲਿਕ ਦੀ ਰਿਪ੍ਰੈਜੈਂਟੇਸ਼ਨ ਹੁੰਦੀ, ਉਸ ਫੀਲਡ ਦੇ ਐਕਸਪਰਟਸ ਦੀ ਰਿਪ੍ਰੈਜੈਂਟੇਸ਼ਨ ਹੁੰਦੀ, ਉਹ ਆਣ ਕੇ ਸਾਨੂੰ ਦੱਸਦੇ, ਐਕਚੁਅਲੀ ਸਾਡੇ ਜਿਹੜੇ ਬਾਬੂ ਆ ਨਾ ਇਹਨਾਂ ਦੀ ਵੀ ਸਮੱਸਿਆ ਹੈ, ਇਹ ਵੀ ਉਹੀ ਬੰਦਾ ਭਾਲਦੇ ਆ ਜਿਹੜਾ ਇਹਨਾਂ ਦੀ ਹਾਂ ਕਹਿਣ ਵਾਲਾ ਹੋਵੇ, ਇਹ ਬੇਸਿਕਲੀ ਰਿਐਲਿਟੀ ਆ ਸਾਡੀ ਡੈਮੋਕ੍ਰੇਸੀ ਦੀ, ਅਨਫੋਰਚੂਨੇਟ ਪਾਰਟ, ਬਟ ਡੈਫੀਨੇਟਲੀ ਕੋਈ ਗੱਲ ਨੀ, ਮੈਂ ਬੇਸਿਕਲੀ ਜੋ ਵੀ ਤੁਹਾਡੇ ਸੁਝਾਅ ਹੋਣਗੇ ਨਾ, ਮੈਂ ਤਾਂ ਹਰ ਬੰਦੇ ਕੋਲ ਸਿੱਖਣ ਦੀ ਕੋਸ਼ਿਸ਼ ਕਰਨਾ, ਕਿਉਂਕਿ ਇਹ ਨਹੀਂ ਹੈਗਾ ਯਾਰ ਕਿ ਹਰ ਮੈਨੂੰ ਮੰਨ ਲਓ ਕਿਸੇ ਬੰਦੇ ਦਾ ਨਹੀਂ ਪਤਾ ਹੋ ਸਕਦਾ, ਬਟ ਜਿਹੜੀ ਤੁਹਾਡੇ ਕੋਲ ਫਸਟ ਹੈਂਡ ਇਨਫੋਰਮੇਸ਼ਨ ਹੈ, ਮੈਂ ਕਿਹਾ ਦੇ ਦਿਓ ਸਾਰੀ ਉਮਰ ਇਹਨਾਂ ਨਾਲ ਕੰਮ ਕੀਤਾ, ਉਹ ਐਡਮਿਨਿਸਟ੍ਰੇਟਿਵ ਡਿਸੀਜਨ ਹੀ, ਮੈਂ ਇੱਕ ਹਲਕੇ ਦਾ ਕਿਸੇ ਹਲਕੇ ਦਾ ਪਿੰਡ ਸੀ, ਉੱਥੇ ਇੱਕ ਹੈਡ ਮਾਸਟਰ ਸਟਾਫ ਪੀ ਕੇ ਆਉਂਦਾ, ਮਤਲਬ ਡੀਓ ਕਹਿੰਦਾ ਜੀ ਆਪਾਂ ਦੂਜੇ ਸਕੂਲ ਚਲਾ ਦਈਏ, ਮੈਂ ਕਿਹਾ ਫਿਰ ਦੂਜਾ ਵੀ ਖਰਾਬ ਕਰ, ਮਤਲਬ ਡੀਓ ਦਾ ਇਹ ਜਵਾਬ ਅਸਲੀ ਤਾਂ ਚਾਹੀਦਾ ਇਹ ਸੀ, ਉੱਥੇ ਉਹ ਬੇਸਿਕਲੀ ਸਿਵਲ ਹੋਸਪਿਟਲ ਤੋਂ ਡਾਕਟਰ ਲੈ ਕੇ ਜਾਂਦਾ, ਉਹਦਾ ਮੁਲਾਜ਼ਾ ਕਰਾਉਂਦਾ, ਉਹਦਾ ਪਰਚਾ ਦਰਜ ਕਰਵਾਉਂਦਾ, ਉਹਨੂੰ ਸਸਪੈਂਡ ਕਰਦਾ, ਮੇਰੇ ਕੋਲ ਭੇਜਦਾ, ਮੈਂ ਉਹਨੂੰ ਡਿਸਮਿਸ ਕਰਦਾ, ਐਕਚੁਅਲੀ ਤਾਂ ਚਾਹੀਦਾ ਇਹ ਸੀ, ਕਿਉਂਕਿ ਇਹ ਥੋੜ੍ਹੀ ਆ ਕਿ ਹਾਂ ਵੀ ਉਹ ਕਹਿੰਦਾ ਜੀ ਦੂਜੇ ਸਕੂਲ 'ਚ ਫਿਰ ਮੈਂ ਟਰਾਂਸਫਰ ਕਰ ਲਵਾਂ, ਵੀ ਦੂਜੇ ਸਕੂਲ ਵੀ ਤਾਂ ਕੋਈ ਬੱਚੇ ਹੀ ਆ ਨਾ,
बड़ी खबरों के लिए सब्सक्राइब करें आज प्रकाश टीवी और बेल आइकन दबाना ना भूलें।